ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੁਖਵਿੰਦਰਸ਼ੇਰਗਿੱਲ। ਤੁਸੀਂ ਖਬਰਾਂ ਟੀਵੀ ਦੇਖ ਰਹੇ ਹੋ ਅਤੇ ਅੱਜ ਜਿਸ ਮੁੱਦੇ 'ਤੇ ਗੱਲਬਾਤ ਕਰਨੀ ਹੈ ਉਹ ਬਹੁਤ ਗੰਭੀਰ ਅਤੇ ਅਹਿਮ ਮੁੱਦਾ, ਕਿਉਂਕਿ ਬੇਅਦਬੀ ਦੇ ਨਾਲ ਜੁੜਿਆ ਹੋਇਆ ਹੈ। ਜਿਸ ਤਰ੍ਹਾਂ ਦੀਆਂ ਘਟਨਾਵਾਂ ਬੀਤੇ ਕੁਝ ਦਿਨਾਂ ਤੋਂ ਵਾਪਰੀਆਂ, ਇਸੇ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਵਾਪਰੀਆਂ ਸੀ ਅਤੇ ਸੱਤਾ ਪਰਿਵਰਤਨ ਦੇ ਵਿੱਚ ਇਸ ਮੁੱਦੇ ਨੇ ਵੱਡੀ ਭੂਮਿਕਾ ਨਿਭਾਈ ਸੀ। ਉਸੇ ਮੁੱਦੇ 'ਤੇ ਗੱਲਬਾਤ ਕਰਾਂਗੇ, ਕਿਉਂਕਿ ਸੀਐਮ ਚੰਨੀ ਦਾ ਦਾਅਵਾ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਧਰ ਦੂਸਰੇ ਪਾਸੇ ਭਗਵੰਤ ਮਾਨ ਹੋਰੀ ਕਹਿੰਦੇ ਆ ਕਿ ਬਾਦਲਾਂ ਨੂੰ ਜਦ ਚੋਣਾਂ ਆਉਂਦੀਆਂ ਨੇ ਤਾਂ ਪੰਥ 'ਤੇ ਪੰਜਾਬ ਯਾਦ ਆ ਜਾਂਦਾ ਹੈ। ਇਹ ਬਾਕੀ ਹੋਰ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਸੰਤ ਜਿਹੜੇ ਢੱਡਰੀਆਂ ਵਾਲੇ ਨੇ ਉਹਨਾਂ ਨੇ ਵੀ ਬਿਆਨ ਦਿੱਤਾ, ਉਸ 'ਤੇ ਵੀ ਗੱਲਬਾਤ ਹੋਵੇਗੀ। ਅਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ। ਭੱਟੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਭੱਟੀ ਸਾਹਿਬ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ 2017 ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਅਤੇ ਹੁਣ ਇਲੈਕਸ਼ਨ ਪੰਜਾਬ ਦੇ ਵਿੱਚ ਫੇਰ ਨੇ ਅਤੇ ਫਿਰ ਘਟਨਾਵਾਂ ਵਾਪਰ ਰਹੀਆਂ ਨੇ, ਇਸ ਦੌਰਾਨ ਜਿੱਥੇ ਜਾਂਚ ਦੀ ਗੱਲ ਸੀਐਮ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ, ਉਸੇ ਤਰਜ਼ ਦੇ ਇੱਕ ਬਿਆਨ ਹੋਰ ਵੀ ਸਾਹਮਣੇ ਆਇਆ, ਕਹਿੰਦੇ ਕਿ ਪੰਜਾਬ ਦੇ ਵਿੱਚ ਚੋਣਾਂ ਨੇ ਇਸ ਕਰਕੇ ਮਾਹੌਲ ਹੈ ਜਿਹੜਾ ਉਹ ਖਰਾਬ ਕੀਤਾ ਜਾ ਰਿਹਾ। ਬਤੌਰ ਮੁੱਖ ਮੰਤਰੀ ਦੇ ਤੌਰ 'ਤੇ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਇੱਕ ਸੂਬੇ ਦਾ ਜਦ ਮੁੱਖ ਮੰਤਰੀ, ਕਿਉਂਕਿ ਸਾਰੀ ਕੰਟਰੋਲ ਸਿਚੁਏਸ਼ਨ ਉਹਨਾਂ ਦੇ ਕੋਲ ਹੁੰਦੀ ਹੈ, ਫਿਰ ਵੀ ਮੁੱਖ ਮੰਤਰੀ ਉੱਥੇ ਪਹੁੰਚਦੇ ਆ, ਉੱਥੇ ਬਿਆਨ ਦਿੰਦੇ ਆ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੇ ਬਿਆਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਿੰਦੇ ਹੁੰਦੇ ਸਨ ਜਦ ਉਹ ਮੁੱਖ ਮੰਤਰੀ ਸਨ, ਕਿਸ ਤਰ੍ਹਾਂ ਦੇਖਦੇ ਹੋ? ਸ਼ੇਰਗਿੱਲ ਸਾਹਿਬ, ਦੇਖੋ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਬਹੁਤ ਹੀ ਮੈਂ ਸਮਝਦਾ ਵੀ ਮੰਦਭਾਗੀ ਹਾਲਾਤ ਹੈ ਜੀ। ਕੁਛ ਚੀਜ਼ਾਂ ਦਾ ਬਿਲਕੁਲ ਸਪਸ਼ਟ ਨੇ ਦਿਨ ਦੀ ਤਰ੍ਹਾਂ ਜੀ, ਕਿ ਜਦੋਂ ਵੀ ਵੋਟਾਂ ਹੁੰਦੀਆਂ ਨੇ, ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਨੇ, ਉਦੋਂ ਹੀ ਇਹੋ ਜਿਹੇ ਮੁੱਦੇ ਉੱਠਦੇ ਨੇ, ਉਠਾਏ ਜਾਂਦੇ ਨੇ, ਔਰ ਕੋਈ ਫੜਿਆ ਨਹੀਂ ਜਾਂਦਾ ਜੀ। ਜੇ ਕੋਈ ਫੜਿਆ ਜਾਵੇ ਤਾਂ ਉਹ ਗੁੰਮਨਾਮੀ ਦੇ ਅੰਧੇਰੇ 'ਚ ਹੀ ਪਤਾ ਨਹੀਂ ਕੀ ਕੁਛ ਹੁੰਦਾ। ਹੁਣ ਬਹਿਬਲ ਕਲਾਂ ਦਾ, ਜਵਾਹਰ ਕੇ ਦਾ, ਜੋ ਵੀ ਸੀ ਇਸ਼ੂ ਪਹਿਲੇ ਜੀ, ਅੱਜ ਤੱਕ ਉਹਦੇ ਉੱਪਰ ਸਾਰੀਆਂ ਪਾਰਟੀਆਂ ਸਿਆਸਤ ਕਰ ਰਹੀਆਂ ਨੇ ਜੀ। ਉਹਦੇ ਵਿੱਚ ਜੁਡੀਸ਼ਰੀ ਦੇ ਵਿੱਚ ਵੀ ਹੁਣ ਪਿਛਲੇ ਦਿਨ ਇਹ ਵੀ ਹੋ ਗਿਆ ਕਿ ਫਾਈਲਾਂ ਉੱਥੇ ਪਈਆਂ ਸੀ, SIT ਦੀਆਂ ਰਿਪੋਰਟਾਂ ਸੀ, ਕੋਈ ਐਕਸ਼ਨ ਨਹੀਂ ਲਿਆ ਗਿਆ ਕਿਉਂਕਿ ਉਹਦੀ ਜ਼ਰੂਰਤ ਨਹੀਂ ਹੁੰਦੀ ਜੀ। ਇਹ ਕੰਮ ਇਸ ਤਰੀਕੇ ਦੇ ਨਾਲ ਹੋ ਗਿਆ ਵੀ ਜਿਵੇਂ ਨਾ ਇਹ ਮੌਸਮੀ ਹੁੰਦਾ ਹੈ। ਉਹਦਾ ਕਾਰਨ ਮੈਂ ਦੱਸਦਾ, ਕਾਰਨ ਕੀ ਹੈ ਕਿ ਜਿਹੜੀ ਨਫ਼ਰਤ ਦੀ ਖੇਤੀ ਹੈ ਨਾ, ਮਜ਼ਹਬ ਦੀ, ਜਾਤ ਦੀ, ਲੋਕਾਂ ਦੇ, ਫਿਰਕਿਆਂ ਦੇ ਆਪਸ ਵਿੱਚ ਲੜਾਉਣ ਦੀ ਜੀ, ਇਹਦੇ ਵਿੱਚ ਇਨਵੈਸਟਮੈਂਟ ਬੜੀ ਥੋੜ੍ਹੀ ਹੈ, ਰਿਟਰਨ ਬਹੁਤ ਜ਼ਿਆਦਾ ਹੈ ਜੀ। ਤੁਸੀਂ ਛੋਟੀ ਜਿਹੀ ਇਗਜ਼ਾਮਪਲ ਲੈ ਲਓ, ਕਿਸੇ ਮੁਹੱਲੇ ਦੇ ਵਿੱਚ ਤੁਸੀਂ ਵੋਟਾਂ 'ਚ ਖੜ੍ਹੇ ਹੋ ਗਏ, ਇੱਕ ਇੱਕ ਬੰਦੇ ਕੋਲ ਜਾਣਾ, ਇੱਕ ਇੱਕ ਦੀਆਂ ਮਿੰਨਤਾਂ ਕਰਨੀਆਂ, ਉਹਨੂੰ ਮਨਾਉਣਾ ਬੜਾ ਔਖਾ ਕੰਮ ਹੈ ਜੀ। ਤੁਸੀਂ ਉੱਥੇ ਮੰਦਰ ਦੇ ਵਿੱਚ ਕੁਛ ਸਟਵਾ ਦਿਓ, ਕੁਛ ਮਸੀਤ 'ਚ ਸਟਾ ਦਿਓ, ਜਾਂ ਗੁਰਦੁਆਰੇ 'ਚ ਕੁਛ ਕਰ ਦਿਓ, ਤਾਂ ਦੋ ਹਿੱਸੇ ਹੋ ਜਾਣਗੇ ਤੁਰੰਤ ਜੀ। ਅੱਜ ਵੀ ਸੋਸ਼ਲ ਮੀਡੀਆ 'ਚ ਆਪਾਂ ਦੇਖ ਰਹੇ ਹਾਂ ਲੋਕ ਇੱਕਦਮ ਵੰਡੇ ਜਾਂਦੇ ਨੇ ਜੀ। ਉਹ ਜਿਹੜੇ ਵੰਡੇ ਹੋਏ ਨੇ, ਤੁਸੀਂ ਉਹਨਾਂ ਦੇ ਲੀਡਰਾਂ ਨੂੰ ਫੜ ਲਓ, ਤੁਹਾਨੂੰ ਵੋਟਾਂ ਆਰਾਮ ਨਾਲ ਪੈ ਜਾਣਗੀਆਂ ਜੀ। ਸੋ ਇਹ ਸਿਆਸਤ ਇਹ ਹੈ, ਔਰ ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੀ ਜਿਹੜੀ ਪੋਲਿਟੀ ਹੈ ਕਹਿ ਲਓ, ਜਾਂ ਜਿਹੜੀ ਪਬਲਿਕ ਲਾਈਫ ਹੈ, ਜਾਂ ਸਿਆਸਤਦਾਨ ਨੇ, ਉਹ ਇੱਥੇ ਤੱਕ ਗਿਰ ਗਏ ਨੇ ਜੀ ਕਿ ਉਹ ਲੋਕਾਂ ਦੀਆਂ ਲਾਸ਼ਾਂ ਦੇ ਉੱਪਰ, ਲੋਕਾਂ ਦੇ ਦੁੱਖ 'ਤੇ, ਉਹਨਾਂ ਦੇ ਹੰਝੂਆਂ 'ਤੇ, ਉਹਨਾਂ ਦੀ ਪੀੜਾ ਦੇ ਉੱਪਰ ਸਿਆਸਤ ਕਰ ਰਹੇ ਨੇ ਜੀ। ਦੇਖੋ ਚੰਨੀ ਸਾਹਿਬ ਦਾ ਮੁੱਖ ਮੰਤਰੀ ਦੇ ਤੌਰ 'ਤੇ ਕਹਿਣਾ ਹੀ ਬਣਦਾ ਸੀ, ਪਰ ਮੈਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਜਦੋਂ ਇਹ ਅਪੋਜੀਸ਼ਨ 'ਚ ਹੁੰਦੇ ਨੇ ਲੀਡਰ, ਇਹ ਕਹਿੰਦੇ ਸਾਨੂੰ ਦਿਓ ਬਾਗਡੋਰ, ਅਸੀਂ 2 ਮਿੰਟਾਂ 'ਚ ਠੀਕ ਕਰ ਦਾਂਗੇ। ਜਦੋਂ ਉੱਥੇ ਬੈਠੇ ਹੁੰਦੇ ਨੇ ਫਿਰ ਇਹ ਕਹਿੰਦੇ ਨੇ, ਪਹਿਲਾਂ ਪੁਰਾਣਾ ਤੁਸੀਂ ਸੁਣਿਆ ਹੋਣਾ ਗਿਆਨੀ ਜੈਲ ਸਿੰਘ ਦੇ ਟਾਈਮ ਸ਼ੁਰੂ ਸੀ, ਫੋਰਨ ਹੈਂਡ ਹੈ ਜੀ, ਮਤਲਬ ਜੇ ਵਿਦੇਸ਼ੀ ਤਾਕਤਾਂ, ਫੋਰਨ ਹੈਂਡ ਜਾਂ ਕੋਈ ਵਿਰੋਧੀ ਸ਼ਕਤੀਆਂ ਕਰ ਰਹੀਆਂ ਨੇ, ਤੁਸੀਂ ਕੀ ਕਰ ਰਹੇ ਹੋ ਬੈਠੇ ਫਿਰ ਜੀ? ਤੁਸੀਂ ਟੈਕਸ ਪੇਅਰ ਦਾ ਪੈਸਾ ਖਰਚ ਕੇ ਭੱਜੇ ਫਿਰਦੇ ਹੋ, ਇੰਨੀ ਪੁਲਿਸ ਰੱਖੀ ਹੋਈ ਹੈ, ਇੰਨੀ CID ਰੱਖੀ ਹੋਈ ਹੈ, ਇੰਨੀਆਂ ਏਜੰਸੀਆਂ ਨੇ ਤੁਹਾਡੇ ਕੋਲ, ਪਰ ਅੱਜ ਤੱਕ ਤੁਸੀਂ ਦੇਖੋ ਸਿੰਘੂ ਬਾਰਡਰ ਵਾਲੀ ਵੀ ਘਟਨਾ, ਆਹ 2 ਇਹ ਹੋ ਗਈਆਂ ਨੇ, ਕੋਈ ਪਤਾ ਨਹੀਂ ਲੱਗ ਰਿਹਾ, ਕੋਈ ਆਈਡੈਂਟੀਫਿਕੇਸ਼ਨ ਨਹੀਂ ਹੋ ਰਹੀ, ਕਿੱਥੇ ਨੇ ਉਹ ਬੰਦੇ, ਕਿੱਥੋਂ ਆਏ ਜੀ? ਪਰ ਕੋਈ, ਮੈਨੂੰ ਇਹ ਲੱਗਦਾ ਵੀ ਉੱਥੇ ਜਦੋਂ ਫੜੇ ਜਾਂਦੇ ਨੇ, ਇਹ ਇੱਦਾਂ ਨਹੀਂ ਹੁੰਦਾ ਕਿ ਇੱਕੋ ਹੀ ਬੰਦਾ ਗਿਆ ਜੀ, ਉੱਥੇ ਉਹਨੂੰ ਕਿਹਨੇ ਸੰਭਾਲਣਾ ਹੈ, ਭੀੜ ਨੂੰ ਕਿਹਨੇ ਭੜਕਾਉਣਾ ਹੈ, ਇਹ ਸਾਰਾ ਕੁਝ ਤੈਅ ਹੋਇਆ ਹੁੰਦਾ ਜੀ। ਪਰ ਉਹ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਬੰਦਿਆਂ ਦਾ ਕੋਈ ਖੁਰਾ ਖੋਜ, ਉਹਦੇ ਇੱਕਦਮ ਮਿੱਟੀ ਪੈ ਜਾਂਦੀ ਹੈ, ਬਾਕੀ ਸਾਰੀਆਂ ਚੀਜ਼ਾਂ ਦੇ ਉੱਪਰ ਬੜੀ ਬਹਿਸ ਹੁੰਦੀ ਹੈ, ਸਾਰਾ ਕੁਛ ਹੁੰਦਾ। ਅੱਛਾ, ਲੋਕ ਆਪਣੇ ਜਜ਼ਬੇ ਪ੍ਰਗਟ ਕਰਦੇ ਨੇ, ਕੋਈ ਗੁੱਸਾ ਕਰਦਾ, ਕੋਈ ਗਿਲਾ ਕਰਦਾ, ਕੋਈ ਸਮਝਾਉਂਦਾ, ਮਤਲਬ ਇੱਕ ਹੋਰ ਇਸ਼ੂ, ਹੋਰ ਹੀ ਕਿਸਮ ਦਾ ਮਾਹੌਲ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਔਰ ਉਹਦੇ 'ਚ ਉਹ ਕਹਿੰਦੇ ਹੁੰਦੇ ਨੇ ਵੀ ਮਤਲਬ ਆਪਣਾ ਜਿਵੇਂ ਪਹਿਲਾਂ ਹੁੰਦਾ ਸੀ ਨਾ ਕਿ ਮੇਲਾ ਜਿਹਾ, ਇਕੱਠ ਜਿਹਾ ਕਰ ਦਿਉ, ਮਜਮਾ ਲਾ ਦਿਉ, ਜੇਬਾਂ ਕੱਟ ਲਓ ਜੀ, ਜੇਬ ਕਤਰੇ ਜਿਵੇਂ ਕਰ ਦਿਉ, ਐਗਜੈਕਟਲੀ ਉਹ ਗੱਲ ਹੋ ਰਹੀ ਹੈ। ਔਰ ਬੜੀ ਬੜੀ ਦੁਖਦਾਈ ਹੈ ਇਹ। ਦੂਜੀ ਜਿਹੜੀ ਦੁਖਦਾਈ ਚੀਜ਼ ਹੈ ਸਭ ਤੋਂ ਜ਼ਿਆਦਾ, ਉਹ ਇਹ ਕਿ ਸਿੱਖ ਧਰਮ ਦੇ ਵਿੱਚ ਇਹਨਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਹੈ। ਸਿੱਖ ਧਰਮ ਹਿੰਸਕ ਭੀੜਾਂ ਦਾ ਧਰਮ ਨਹੀਂ ਹੈ ਜੀ। ਮੱਸੇ ਰੰਗੜ ਨੂੰ ਵੀ ਉਹਨਾਂ ਨੇ ਮਾਰਿਆ, ਊਧਮ ਸਿੰਘ ਨੇ ਜਾ ਕੇ ਡਾਇਰ ਨੂੰ ਵੀ ਮਾਰਿਆ, ਪਰ ਉਹ ਸੋਚ ਕੇ, ਸਮਝ ਕੇ ਜੀ, ਐਨ
ਪਲਾਨ ਕਰਕੇ ਚੇਤਨ ਰੂਪ ਦੇ ਵਿੱਚ ਕੀਤਾ। ਇਹ ਨਹੀਂ ਹੈ ਕਿ ਮਤਲਬ ਤੁਸੀਂ ਜਿਹਨੂੰ ਮਰਜ਼ੀ ਮਤਲਬ ਕਹਿ ਦਿਓ ਵੀ ਇਹਨੇ ਆਹ ਕਰਿਆ ਜੀ ਉਹਨੂੰ ਤੁਸੀਂ ਮਰਵਾ ਦਿਓ। ਔਰ ਮੈਨੂੰ ਇਹ ਲੱਗਦਾ ਹੈ ਇਹਦੇ 'ਤੇ ਬਹਿਸ ਹੈ ਜਿਹੜੀ, ਵੈਸੇ ਫਜ਼ੂਲ ਬਹਿਸ ਹੈ ਇਸ ਗੱਲ ਦੇ ਉੱਪਰ। ਕਈ ਲੋਕ ਕਹਿੰਦੇ ਵੀ ਇਹ ਕਰਨਾ ਚਾਹੀਦਾ ਸੀ, ਉਹ ਕਰਨਾ ਚਾਹੀਦਾ ਸੀ। ਜਦੋਂ ਅਸੀਂ ਸ਼ਬਦ ਗੁਰੂ ਨੂੰ ਗੁਰੂ ਮੰਨਦੇ ਹਾਂ, ਗ੍ਰੰਥ ਸਾਹਿਬ ਨੂੰ, ਜਿਹੜੀ ਸਾਡੀ ਲੀਡਰਸ਼ਿਪ ਹੈ, ਸਾਡਾ ਜਥੇਦਾਰ ਨੇ ਅਕਾਲ ਤਖ਼ਤ ਦੇ, ਸਾਡੇ ਐਸ ਜੀ ਪੀ ਸੀ ਦੇ ਨੇ, ਉਹੀ ਇਹ ਕਰਨ ਕਿ ਜੇ ਤੁਸੀਂ ਜਾਂ ਤਾਂ ਉਹ ਅਗਵਾਈ ਦੇਣ, ਚਲੋ ਨਹੀਂ ਉਹ ਦੇ ਸਕਦੇ ਤਾਂ ਗੁਰੂ ਤੋਂ ਹੀ ਅਗਵਾਈ ਲੈ ਲਈ ਜਾਵੇ। ਗੁਰੂ ਦਾ ਅਸੀਂ ਹੁਕਮਨਾਮਾ ਹਰ ਗੱਲ 'ਚ ਲੈਂਦੇ ਹਾਂ ਜੀ। ਜੇ ਬੰਦਾ ਫੜਿਆ ਗਿਆ, ਉਹਦੀ ਇਨਕੁਆਇਰੀ ਕਰੋ, ਬਿਠਾਓ ਉਹਨੂੰ, ਸਾਰੀ ਦੁਨੀਆ ਦੇ ਸਾਹਮਣੇ ਨੰਗਾ ਕਰੋ, ਉਹਦੇ ਨਾਲ ਕੀ ਕੀਤਾ ਜਾਵੇ, ਤੁਸੀਂ ਹੁਕਮਨਾਮਾ ਲੈ ਲਓ ਜੀ। ਗ੍ਰੰਥ ਸਾਹਿਬ 'ਚੋਂ ਜੋ ਵਚਨ ਆਉਂਦਾ, ਜੇ ਕਿਤੇ ਆਉਂਦਾ ਵੀ ਇਹਨੂੰ ਮਾਰ ਦਿਓ, ਫਿਰ ਮਾਰੋ ਜੀ। ਅਸੀਂ ਤਾਂ ਮਤਲਬ ਆਪੇ ਹੀ ਅਸੀਂ ਜੱਜ ਬਣ ਜਾਂਦੇ ਹਾਂ। ਅੱਛਾ, ਕਿਉਂਕਿ ਜਜ਼ਬਾਤੀ ਨੇ ਲੋਕ, ਪਰ ਇਹ ਜਿਹੜੇ ਜਜ਼ਬਾਤੀ ਹੋ ਰਹੇ ਨੇ ਸਾਡੇ ਲੋਕ, ਉਹਨਾਂ ਨੂੰ ਹੀ ਉੱਚੇ ਸੁੱਚੇ ਬਣਨਾ ਪਊਗਾ। ਇਹ ਸਿੱਖੀ ਦੇ ਵਿੱਚ, ਸਿੱਖ ਧਰਮ ਦੇ ਵਿੱਚ ਇੱਦਾਂ ਦੀ ਕਿਤੇ ਕੋਈ ਜਗ੍ਹਾ ਨਹੀਂ ਕਿ ਤੁਸੀਂ ਜਜ਼ਬਾਤੀ ਹੋ ਕੇ ਬਦਲਾ ਲਓ ਜੀ। ਦੇਖੋ ਸਾਹਿਬਜ਼ਾਦਿਆਂ ਦੀਆਂ ਸਾਡੇ ਸਾਹਮਣੇ ਕਿੰਨੀਆਂ ਹੀ ਕੁਰਬਾਨੀਆਂ, ਮਤਲਬ ਸਿੱਖ ਧਰਮ ਕੁਰਬਾਨੀਆਂ ਨਾਲ ਭਰਿਆ ਪਿਆ। ਸਾਡੇ ਕਿਤੇ ਵੀ ਇਹ ਮਸਲਾ ਨਹੀਂ ਉੱਠਿਆ। ਈਵਨ ਜਦੋਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਹੈ, ਤੁਸੀਂ ਦੇਖੋ ਇਤਿਹਾਸ ਹੈ ਕਿ ਪਹਿਲੇ ਗੁਰੂ ਨੇ ਤਿਲਕ ਅਤੇ ਜੰਜੂ ਨੂੰ ਨਾ ਕੀਤੀ। ਜਦੋਂ ਪੰਡਿਤ ਜਨੇਊ ਪਹਿਣ ਆਇਆ, ਉਹਨੇ ਕਿਹਾ ਨਹੀਂ ਮੈਨੂੰ ਦੱਸ ਇਹਦਾ ਮਤਲਬ ਕੀ ਹੈ, ਸੱਚ ਦਾ ਜਨੇਊ ਕਿਹੜਾ ਹੁੰਦਾ ਹੈ। ਉਸੇ ਤਿਲਕ ਜੰਜੂ ਦੀ ਰਾਖੀ ਦੇ ਲਈ ਨੌਵੇਂ ਪਾਤਸ਼ਾਹ ਨੇ ਕੁਰਬਾਨੀ ਦਿੱਤੀ ਜੀ। ਉਹਦਾ ਮਤਲਬ ਕੀ ਹੈ, ਅਸੀਂ ਉਹ ਤੋਂ ਸਮਝੀਏ ਕਿ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਕਿ ਭਾਈ ਆਪਣੇ ਧਰਮ ਨੂੰ ਮੰਨੋ, ਦੂਜੇ ਦੇ ਧਰਮ ਦੀ ਵੀ ਇੱਜ਼ਤ ਕਰੋ, ਪਰ ਇਹ ਜ਼ਬਰਦਸਤੀ ਨਹੀਂ ਕਿਸੇ ਨੂੰ ਹੱਕ ਕੇ ਕਿਸੇ ਨੂੰ ਹੋਰ ਕੋਈ ਧਰਮ ਮਨਾਵੇ ਜੀ। ਸਾਡੀ ਆਹ ਦਸ਼ਾ ਅੱਜ ਕੀ ਹੋ ਗਈ ਹੈ, ਅਸੀਂ ਕੌਨਸ਼ੀਅਸਨੈਸ ਦਾ, ਚੇਤਨਾ ਦਾ ਇੰਨਾ ਲੈਵਲ ਸਿੱਖੀ ਦੇ ਵਿੱਚ ਉੱਪਰ ਚੱਕਿਆ ਕਿ ਸਾਰੇ ਧਰਮਾਂ ਤੋਂ ਪਵਿੱਤਰ ਧਰਮ ਬਣਾ ਕੇ ਦਿੱਤਾ। ਅਸੀਂ ਉਹਨੂੰ ਇੱਕ ਭੀੜਾਂ ਦਾ ਧਰਮ ਬਣਾਈ ਜਾ ਰਹੇ ਹਾਂ ਛੋਟੀ ਛੋਟੀਆਂ ਗੱਲਾਂ ਪਿੱਛੇ। ਇਹ ਤਾਂ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਾਂ ਬੜਾ ਸੌਖਾ ਹੋ ਜਾਊਗਾ ਲੋਕਾਂ ਨੂੰ ਕਿ ਜਿੱਥੇ ਵੀ ਗੁਰਦੁਆਰਾ, ਜਿੱਥੇ ਵੀ ਨਿਸ਼ਾਨ ਸਾਹਿਬ ਹੈ, ਜਿੱਥੇ ਵੀ ਗ੍ਰੰਥ ਸਾਹਿਬ ਹੈ, ਤੁਸੀਂ ਉੱਥੇ ਕੋਈ ਮਾੜੀ ਮੋਟੀ ਗੜਬੜ ਕਰਦੇ ਹੋ, ਅਸੀਂ ਭਾਵੁਕ ਹੋ ਕੇ ਭੱਜ ਲਾਂਗੇ, ਜਾ ਕੇ ਉਹਨੂੰ ਮਾਰ ਦਿਓ, ਫਿਰ ਮੁੜ ਕੇ ਪੇਸ਼ ਹੋ ਜਾਓ। ਮਤਲਬ ਉਹ ਦਲੇਰੀ ਹੈ, ਕੋਈ ਗੱਲ ਨਹੀਂ ਹੈ, ਜਜ਼ਬਾਤ ਨੇ, ਸਾਰਾ ਕੁਛ ਹੈ, ਉਹਨਾਂ ਦੀ ਇੱਜ਼ਤ ਵੀ ਹੈ, ਪਰ ਸਿੱਖ ਧਰਮ ਹੈ ਜਿਹੜਾ ਉਹ ਇੰਨਾ ਛੋਟਾ ਨਹੀਂ ਹੈ ਜੋ ਉਹਨੂੰ ਕੋਈ ਵੀ ਆ ਕੇ ਡਿਸਟਰਬ ਕਰ ਦੇਵੇ ਜੀ। ਸੋ ਇਹ ਸਾਡੀ ਲੀਡਰਸ਼ਿਪ ਦੇ ਉੱਪਰ ਰੋਣ ਆਉਂਦਾ, ਮਤਲਬ ਕਿ ਸਾਡੇ ਜਿਹੜੇ ਜਥੇਦਾਰ ਨੇ, ਸਾਡੀ ਜਿਹੜੀ ਐਸ ਜੀ ਪੀ ਸੀ ਹੈ, ਸਾਡੇ ਜਿਹੜੇ ਮਤਲਬ ਸੂਝੀਵਾਨ, ਸੂਝਵਾਨ ਸੁਰਤ ਵਾਲੇ ਸਿੱਖ ਨੇ, ਉਹ ਕਿੱਥੇ ਨੇ ਹੁਣ ਜੀ? ਜੇ ਅਸੀਂ ਇਸ ਤਰ੍ਹਾਂ ਦੇ ਦਾਂਗੇ, ਸਾਡਾ ਤਾਲੀਬਾਨ ਨਾਲੋਂ ਕੋਈ ਫਰਕ ਰਹਿਣਾ ਨਹੀਂ। ਔਰ ਸ਼ੁਰੂ ਹੋ ਗਿਆ ਸੋਸ਼ਲ ਮੀਡੀਆ ਦੇ ਵਿੱਚ ਤਾਲੀਬਾਨ ਨਾਲ ਸਾਨੂੰ ਕੰਪੇਅਰ ਕੀਤਾ ਜਾ ਰਿਹਾ ਜੀ ਸਿੱਖਾਂ ਨੂੰ। ਪਰ ਇਹ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਮੀਡੀਆ ਦੀ ਤਾਕਤ ਬੜੀ ਹੁੰਦੀ ਹੈ। ਆਉਣ ਵਾਲੀਆਂ ਨਵੀਆਂ ਜਨਰੇਸ਼ਨਾਂ ਨੇ ਜਿਹੜੀਆਂ, ਉਹਨਾਂ ਨੂੰ ਸੱਚੀ ਮਿੱਚੀ ਇਹ ਹਿਸਟਰੀ ਇੱਦਾਂ ਪੜ੍ਹਾ ਦਿੱਤੀ ਜਾਵੇ ਵੀ ਸਿੱਖਾਂ 'ਤੇ ਉਹਨਾਂ 'ਚ ਫਰਕ ਹੀ ਕੋਈ ਨਹੀਂ। ਦੇਖੋ ਅੱਜ ਕਾਬਲ ਤੋਂ ਲੈ ਕੇ ਜੀ ਮਤਲਬ ਸਾਰੇ ਹਿੰਦੁਸਤਾਨ ਤੱਕ ਜਿਹੜੀਆਂ ਮਜ਼ਹਬੀ ਭੀੜਾਂ ਨੇ, ਉਹ ਜ਼ੁਲਮ ਕਰਦੀਆਂ ਫਿਰ ਰਹੀਆਂ ਨੇ, ਚਾਹੇ ਉਹ ਤਾਲੀਬਾਨ ਨੇ, ਚਾਹੇ ਸਾਡੇ ਉਹ ਬਜਰੰਗ ਦਲ ਨੇ, ਚਾਹੇ ਕੋਈ ਹੈ, ਸਿੱਖ ਬਚੇ ਹੋਏ ਸੀ ਜੀ। ਸਾਨੂੰ ਇਹ 'ਚ ਘੜੀਸਿਆ ਜਾ ਰਿਹਾ ਜੀ। ਪਰ ਇਹ ਮੇਰਾ ਖਿਆਲ ਹੈ ਵੀ ਬਹੁਤ ਚੇਤਨ ਹੋਣ ਦੀ ਲੋੜ ਹੈ, ਬਹੁਤ ਜ਼ਿਆਦਾ। ਪਰ ਇਹ ਸਮਝਣ ਦੀ ਲੋੜ ਹੈ ਕਿ ਸਿੱਖੀ ਦਾ ਜਿਹੜਾ ਅਸਲੀ ਸੁਨੇਹਾ ਉਹ ਤਾਂ ਮਨੁੱਖਤਾ ਦਾ, ਸਾਰੀ ਦਾ, ਸਰਬੱਤ ਦੇ ਭਲੇ ਦਾ ਸੁਨੇਹਾ ਜੀ। ਜੇ ਕੋਈ ਕਿਸੇ ਨੇ ਭੜਕਾ ਕੇ, ਖਰੀਦ ਕੇ, ਕਿਸੇ ਤਰੀਕੇ ਨਾਲ ਕੋਈ ਬੰਦਾ ਗਲਤ ਕੰਮ ਕਰਨ ਲਈ ਭੇਜ, ਤਾਂ ਉਹਨੂੰ ਫੜੋ, ਫੜ ਕੇ ਉਹਨੂੰ ਸੁਧਾਰੋ, ਉਹ ਤੋਂ ਬਾਣੀ ਪੜਵਾਓ, ਸਾਰੀ ਦੁਨੀਆ ਨੂੰ ਦਿਖਾਓ ਕਿ ਕਿਹਨੇ ਭੇਜਿਆ ਸੀ, ਇਹਨੇ ਕੀ ਕੰਮ ਕੀਤਾ ਹੈ, ਔਰ ਕਿਵੇਂ ਇਹਨੂੰ ਪਛਤਾਵਾ ਹੋ ਰਿਹਾ ਜੀ। ਮਾਰ ਕੇ ਉਹ 'ਚੋਂ ਕੀ ਨਿਕਲਣਾ? ਕੁਛ ਵੀ ਨਹੀਂ। ਮਾਰ ਕੇ ਤਾਂ ਅਸੀਂ ਕਾਤਲ ਬਣ ਜਾਵਾਂਗੇ, ਸਾਡੇ 'ਤੇ ਲੇਬਲ ਲੱਗ ਜਾਣਗੇ, ਉਹ ਬੰਦੇ ਨਾਲ ਜਿਹੜੀ ਪਿੱਛੇ ਉਹਦੇ ਸਟੋਰੀ ਹੈ ਉਹ ਗਾਇਬ ਹੋ ਜਾਊਗੀ, ਕਿਹਨੇ ਭੇਜਿਆ, ਉਹਦੇ ਪਿੱਛੇ ਜਿਹੜੀ ਚੀਜ਼ ਖੜੀ ਹੈ ਜੀ। ਪਰ ਇਹ ਤਾਂ ਸਾਫ਼ ਹੀ ਹੈ ਕਿ ਜਦੋਂ ਇਲੈਕਸ਼ਨਾਂ ਦੇ ਨੇੜੇ ਹੀ ਹੁੰਦਾ ਤਾਂ ਸਾਫ਼ ਹੈ ਵੀ ਕੁਛ ਸੰਸਥਾਵਾਂ, ਕੁਛ ਮਤਲਬ ਚਾਹੇ ਉਹਨੂੰ ਏਜੰਸੀਆਂ ਕਹਿ ਲਓ, ਚਾਹੇ ਉਹਨੂੰ ਸਰਕਾਰ ਕਹਿ ਲਓ, ਜੋ ਮਰਜ਼ੀ ਕਹਿ ਲਓ ਤੁਸੀਂ ਜੀ, ਉਹਦੇ ਪਿੱਛੇ ਸ਼ਕਤੀਆਂ ਹੋਰ ਨੇ ਜੀ। ਅਸੀਂ ਉਹਨਾਂ ਨੂੰ ਢੱਕਣ ਲੱਗ ਜਾਂਦੇ ਹਾਂ ਜੀ। ਸਾਡੀ ਮਤਲਬ ਆਪਣਾ ਹੀ ਚਿਹਰਾ ਅਸੀਂ ਮਤਲਬ ਲੋਕਾਂ ਦੇ ਸਾਹਮਣੇ ਕਹਿ ਲਓ ਜਾਂ ਆਪਣਾ ਭੈੜਾ ਰੂਪ ਦਿਖਾ ਰਹੇ ਹਾਂ, ਉਹਦੇ ਨਾਲ ਧਰਮ ਦਾ ਵੀ ਨੁਕਸਾਨ ਹੋ ਰਿਹਾ, ਲੋਕਾਂ 'ਚ ਵੀ ਪਾੜ ਪੈ ਰਿਹਾ, ਔਰ ਉਹਦੇ 'ਚ ਸਮਾਜ ਦੇ ਵਿੱਚ ਵੀ। ਮੇਰਾ ਖਿਆਲ ਹੈ ਵੀ ਇਹਚੋਂ ਮਾੜੇ ਸਿੱਟੇ ਹੀ ਨਿਕਲਣਗੇ, ਅਤੇ ਇਹ ਚਾਹੀਦਾ ਇਹਨਾਂ ਨੂੰ ਕਿ ਬਹੁਤ ਅਰਜੈਂਸੀ ਦੇ ਤੌਰ 'ਤੇ ਇਹਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਕੋਰਟਾਂ 'ਚ 20-20 ਸਾਲ ਕੇਸ ਨਹੀਂ ਲਟਕਾਉਣ ਦੀ ਜ਼ਰੂਰਤ, ਕਿਉਂਕਿ ਇਹ ਗੱਲ ਉੱਠੂਗੀ ਕੁਦਰਤੀ ਹੈ। ਜਿਹੜਾ ਬੰਦਾ ਭਾਵੁਕ ਹੈ, ਜਿਹਦੇ ਕਹਿੰਦੇ ਜਵੇ ਬਾਣ ਲਾਗੇ ਤਵੇ ਰੋਸ ਜਾਗੇ, ਜਿਹਨੂੰ ਦੁੱਖ ਲੱਗੂਗਾ ਉਹ ਕਹੂਗਾ ਭਾਈ ਫਿਰ ਆਪਣੇ ਹੱਥ 'ਚ ਕਾਨੂੰਨ ਲੈ ਲਓ ਜੀ, ਪਰ ਲੈ ਵੀ ਰਹੇ ਨੇ ਲੋਕ। ਸੋ ਇਹਦੇ 'ਚ ਮੇਰਾ ਖਿਆਲ ਹੈ ਵੀ ਲੀਡਰਾਂ ਦਾ ਬਹੁਤ ਹੀ ਅਹਿਮ ਰੋਲ ਹੋਣਾ ਚਾਹੀਦਾ, ਉਹਨਾਂ ਨੂੰ ਮਤਲਬ ਛੋਟੇ ਛੋਟੇ ਇੰਟਰਸਟਾਂ ਖਾਤਰ ਨਾ ਵੀ ਇੱਥੋਂ MLA ਬਣ ਜਾਊਗਾ ਫਲਾਣਾ ਢਿਮਕਾ, ਇਹ ਛੱਡ ਦੇਣਾ ਚਾਹੀਦਾ
ਜੀ ਅੱਛਾ ਭੱਟੀ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਜਿਹੜਾ ਤਾਲਿਬਾਨ ਨਾਲ ਕੰਪੇਅਰ ਹੋਣ ਲੱਗ ਗਿਆ, ਕਿਉਂਕਿ ਇਹ ਘਟਨਾਵਾਂ ਲਗਾਤਾਰ ਵਾਪਰੀਆਂ ਨੇ, ਪਹਿਲਾਂ ਸਿੰਘੂ ਵਾਪਰੀ ਅਤੇ ਹੁਣ ਵਾਪਰੀ, ਜਿਹੜਾ ਦੂਸਰੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਅਜੇ ਅਜਿਹਾ ਨਹੀਂ ਹੋਣਾ ਚਾਹੀਦਾ, ਪਰ ਉਹ ਕਹਿੰਦੇ ਕਿ ਜਦ ਕਾਨੂੰਨ ਹੈ ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਸਜ਼ਾਵਾਂ ਨਹੀਂ ਦੇ ਰਹੀ, ਕਹਿੰਦੇ ਲਟਕਦੇ ਰਹਿੰਦੇ ਆ, ਪਹਿਲਾਂ ਕਿੰਨੀਆਂ ਘਟਨਾਵਾਂ ਹੋਈਆਂ ਉਹਨਾਂ ਦਾ ਕੋਈ ਹੋਇਆ ਨਹੀਂ, ਕਿਤੇ ਨਤੀਜੇ 'ਤੇ ਨਹੀਂ ਪਹੁੰਚੇ, ਉਹ ਕਹਿੰਦੇ ਫਿਰ ਹੱਲ ਨਹੀਂ ਰਹਿ ਗਿਆ, ਇਸ ਕਾਰਨ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਉਸ ਬਾਰੇ ਕੀ ਕਹੋਗੇ? ਇਹ ਸੱਚੀ ਹੈ ਗੱਲ, ਦੇਖੋ ਜਦੋਂ ਇਨਸਾਫ਼ ਨਹੀਂ ਮਿਲਦਾ ਤਾਂ ਲੋਕ ਇਨਸਾਫ਼ ਆਪਣੇ ਹੱਥ 'ਚ ਲੈ ਲੈਂਦੇ ਨੇ, ਇਹ ਗੱਲ ਬਿਲਕੁਲ ਸੱਚੀ ਹੈ, ਔਰ ਭਾਵਨਾਵਾਂ ਉਹਨਾਂ ਦੀਆਂ ਗਲਤ ਨਹੀਂ ਹਨ, ਜੇ ਵਾਰ ਵਾਰ ਤੁਸੀਂ ਉਹਨਾਂ ਨੂੰ ਹਰਟ ਕਰੋਗੇ ਤਾਂ ਉਹਦੇ ਰਿਐਕਸ਼ਨ ਐਸੇ ਹੀ ਹੋਣਗੇ ਜੀ, ਪਰ ਇਹ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰਾਂ ਇਹਨੂੰ ਵਰਤ ਰਹੀਆਂ ਨੇ ਇਸ ਗੱਲ ਨੂੰ ਜੀ, ਸਾਡੇ ਜਜ਼ਬਾਤਾਂ ਨੂੰ, ਸਾਡੇ ਜਜ਼ਬਾਤਾਂ ਨੂੰ ਜ਼ਖਮੀ ਕਰਕੇ ਉਹਨਾਂ ਨੂੰ ਸਾਡੀ ਇਹ ਕਮਜ਼ੋਰੀ ਸਮਝ ਆ ਗਈ ਹੈ ਕਿ ਇਹਨਾਂ ਨੂੰ ਇੱਥੋਂ ਛੇੜਿਆ ਜਾ ਸਕਦਾ ਇਸ ਤਰੀਕੇ ਦੇ ਨਾਲ, ਜਿਹੜੀ ਕਮਿਊਨਿਟੀ ਹੈ, ਕਿਉਂਕਿ ਧਰਮ ਵੱਡਾ ਹੈ, ਦੇਖੋ ਕਿਸੇ ਦੇ ਵੀ ਇਕੱਲੇ ਦੇ ਜਜ਼ਬਾਤ ਨਾਲੋਂ ਧਰਮ ਹਮੇਸ਼ਾ ਹੀ ਵੱਡਾ ਹੁੰਦਾ, ਔਰ ਇਹ ਧਰਮ ਕੋਈ ਇਸ ਤਰ੍ਹਾਂ ਥੋੜ੍ਹਾ ਪੈਦਾ ਹੋਇਆ ਵੀ ਉਹੀ ਐਵੇਂ ਜਜ਼ਬਾਤੀ ਜਿਹਾ ਧਰਮ ਪੈਦਾ ਹੋ ਗਿਆ, ਗੁਰੂ ਨਾਨਕ ਦੇ ਟਾਈਮ ਕਿਹੜਾ, ਮੈਨੂੰ ਦੱਸੋ ਕਿਹੜਾ ਰਾਜ ਸੀ ਸਾਡੇ ਕੋਲ ਜੀ, ਕਿਹੜਾ ਪੰਥ ਸੀ, ਇਕੱਲਿਆਂ ਨੇ ਸ਼ੁਰੂ ਕਰਿਆ ਨਾ, ਜੇ ਕੋਈ ਸੱਚ ਹੈਗਾ ਇਹਦੇ 'ਚ, ਜੇ ਕੋਈ ਇਹਦੇ 'ਚ ਇਨਸਾਨੀਅਤ ਹੈਗੀ ਹੈ, ਇਹਦੇ 'ਚ ਕੋਈ ਰੂਹਾਨੀਅਤ ਹੈਗੀ ਹੈ, ਤਾਂ ਹੀ ਇਹ ਧਰਮ ਫੈਲਿਆ ਨਾ ਜੀ, ਪਰ ਸਾਨੂੰ ਉਹਨੂੰ ਨਹੀਂ ਛੱਡਣਾ ਚਾਹੀਦਾ, ਮਤਲਬ ਅਸੀਂ ਇਸ ਗੱਲ ਦੇ ਵਿੱਚ, ਜਜ਼ਬਾਤ ਦੇ ਵਿੱਚ ਆ ਕੇ ਅਸੀਂ ਇਸ ਗੱਲ ਨੂੰ ਭੁੱਲ ਰਹੇ ਹਾਂ ਕਿ ਇਹ ਧਰਮ ਤਾਂ ਸਾਰੀ ਮਨੁੱਖਤਾ ਦੇ ਭਲੇ ਲਈ ਬਣਿਆ, ਔਰ ਇਹਦੇ ਰਾਹੀਂ ਮਨੁੱਖਤਾ ਦਾ ਭਲਾ ਹੋਣਾ, ਇਹ ਗੱਲ ਸੱਚੀ ਹੈ ਬਿਲਕੁਲ ਜੀ, ਗ੍ਰੰਥ ਸਾਹਿਬ 'ਚ ਲਿਖਿਆ ਵੀ ਹੋਇਆ ਸਾਰੇ ਥਾਈਂ, ਸਾਰੀਆਂ ਸਕ੍ਰਿਪਚਰਸ, ਔਰ ਇਹਨੇ ਜਿੰਨਾ ਗੰਦਗੀ, ਜੋ ਚਾਹੇ ਉਹ ਬ੍ਰਾਹਮਣਵਾਦ ਦੇ ਨਾਂ ਹੇਠ ਸੀ, ਜਿੰਨੀ ਗੰਦਗੀ ਦੂਰ ਕੀਤੀ ਬੰਦਿਆਂ ਦੇ ਅੰਦਰੋਂ ਜੀ, ਅਸੀਂ ਮਤਲਬ ਉਹਨੂੰ ਚਿੰਬੜਾਂਗੇ ਜਾ ਕੇ, ਉਹ ਫਿਰ ਸਾਡਾ ਫਰਕ ਕੀ ਰਹਿ ਜੂਗਾ ਜੀ, ਦੇਖੋ ਨਾ ਲੋਕ ਕਹਿਣਗੇ ਵੀ ਇਹ ਤਾਲਿਬਾਨ ਨੇ, ਜੇ ਅਸੀਂ ਤਾਲਿਬਾਨ ਵਾਲੇ ਕੰਮ ਕਰਾਂਗੇ ਜੀ, ਸਾਨੂੰ ਇਹ ਦਿਖਾਉਣਾ ਪਊਗਾ ਕਿ ਅਸੀਂ ਕਿਵੇਂ ਵੱਖਰੇ ਹਾਂ ਜੀ, ਜੇ ਸਾਡੇ 'ਤੇ ਹਮਲਾ ਵੀ ਹੁੰਦਾ, ਸਾਡੀ ਕੋਈ ਛੇੜਛਾੜ ਵੀ ਕਰਦਾ ਸਾਡੇ ਜਜ਼ਬਾਤਾਂ ਨਾਲ, ਤਾਂ ਅਸੀਂ ਕਿੰਨੇ ਉੱਚੇ ਸੁੱਚੇ ਹਾਂ, ਅਸੀਂ ਕਿਵੇਂ ਨਜਿੱਠਦੇ ਹਾਂ ਉਹਨੂੰ ਜੀ, ਇਹ ਮਿਸਾਲਾਂ ਕਾਇਮ ਕਰਨੀਆਂ ਪੈਣਗੀਆਂ, ਇਹ ਸਾਰੇ ਸਿੱਖ ਲੀਡਰ ਨੇ ਨਾ ਜਿਹੜੇ, ਉਹਨਾਂ ਨੂੰ ਸਿਰ ਜੋੜ ਕੇ ਇਹਦੇ ਉੱਪਰ ਫੈਸਲੇ ਲੈਣੇ ਚਾਹੀਦੇ ਨੇ। ਦੇਖੋ ਇੱਕ ਤਾਂ ਬੜੀ ਸਿੰਪਲ ਗੱਲ ਹੈ ਕਿ ਰਾਖੀ ਕਿਹਦੀ ਕਰਨੀ ਹੈ, ਅਸੀਂ ਗੁਰੂ ਰਾਖੀਆਂ 'ਚ ਨਹੀਂ ਰਹਿੰਦੇ ਹੁੰਦੇ ਜੀ, ਗੁਰੂ ਰਾਖੀ ਕਰਦਾ ਸਾਰੇ ਮਤਲਬ ਬ੍ਰਹਿਮੰਡ ਦੀ, ਅਸੀਂ ਉਹਦੇ ਰਖਵਾਲੇ ਕਿਵੇਂ ਹੋ ਜਾਵਾਂਗੇ, ਅਸੀਂ ਉਹਦੇ ਸਿਕਿਉਰਿਟੀ ਗਾਰਡ ਨਹੀਂ ਬਣ ਸਕਦੇ। ਦੂਜੀ ਚੀਜ਼ ਇਹ ਹੈ ਕਿ ਸਟੇਕ 'ਤੇ ਕੀ ਹੈ, ਸਟੇਕ 'ਤੇ ਤਾਂ ਸਾਡੀ ਰੂਹਾਨੀਅਤ ਹੈ, ਮਤਲਬ ਅਸੀਂ ਉਹਨੂੰ ਛੋਟੇ ਜਿਹੇ ਗੁੱਸੇ ਦੇ ਨਾਲ, ਛੋਟੇ ਜਿਹੇ ਬਦਲੇ ਦੇ ਨਾਲ ਧਰਮ ਥੋੜ੍ਹਾ ਫੜਦਾ ਹੁੰਦਾ ਜੀ, ਇਹ ਤਾਂ ਪੰਜਵੇਂ ਪਾਤਸ਼ਾਹ ਜਦੋਂ ਤੱਤੀ ਤਵੀ 'ਤੇ ਬੈਠੇ ਤਾਂ ਉਹ ਮੀਆਂ ਵੀ ਇਹ ਸਟੋਰੀਆਂ ਪੱਕੀਆਂ ਸਾਡੇ ਸਾਹਮਣੇ, ਅਸੀਂ ਇਹਨਾਂ 'ਚ ਪਲੇ ਹਾਂ ਕਿ ਉਹਨੇ ਕਿਹਾ ਵੀ ਮੈਂ ਖੜਕਾ ਦਿੰਦਾ ਇੱਟ ਨਾਲ ਇੱਟ, ਪਰ ਉਹਨੇ ਕਿਹਾ ਵੀ ਨਹੀਂ ਅਸੀਂ ਪਾਣੇ 'ਚ ਰਹਿਣਾ ਜੀ, ਤੇਰਾ ਪਾਣਾ ਮਿੱਠਾ ਲੱਗ ਗਿਆ ਕਿਹਾ, ਔਰ ਉੱਥੇ ਦਿੱਲੀ ਜਾ ਕੇ ਕੋਈ ਸੀਸ ਕਟਾਉਣ ਦਾ ਕੋਈ ਐਵੇਂ ਥੋੜ੍ਹੋ ਸੀ, ਉਹ ਇਹ ਘਟਨਾਵਾਂ ਉਹੀ ਥੋੜ੍ਹੋ ਨਹੀਂ, ਇਹਨਾਂ ਦਾ ਬਹੁਤ ਵੱਡਾ ਇੱਕ ਸਿੰਬੋਲਿਕ ਮੈਸੇਜ ਹੈ ਸਾਰੀ ਮਨੁੱਖਤਾ ਦੇ ਲਈ ਜੀ, ਅਸੀਂ ਉਹ ਤੋਂ ਨਾ ਨਾ ਭਟਕੀਏ, ਜੇ ਸਾਡੇ ਰਾਹ ਤੋਂ ਭਟਕਾਉਣ ਲਈ ਸਾਨੂੰ ਕੋਈ ਲਲਕਾਰੇ ਮਾਰ ਰਿਹਾ ਛੇੜ ਰਿਹਾ, ਇਹ ਕਰਨਾ ਨਹੀਂ ਚਾਹੀਦਾ, ਪਰ ਇਹਦੇ ਇਹਦਾ ਜ਼ਰੂਰ ਹੈ ਗੱਲ ਸੱਚੀ ਹੈ ਕਿ ਗੁੱਸਾ ਆਉਂਦਾ ਜਦੋਂ ਤੁਸੀਂ ਬੰਦਿਆਂ ਨੂੰ ਕੋਈ ਸਜ਼ਾ ਹੀ ਨਹੀਂ ਦਿੰਦੇ, ਵਾਰ ਵਾਰ ਛੇੜਛਾੜ ਕਰਦੇ ਹੋ, ਕੋਈ ਜ਼ਖਮ ਹੈ ਕਮਿਊਨਿਟੀ ਦਾ ਉਹਨੂੰ ਵਾਰ ਵਾਰ ਤੁਸੀਂ ਉਹਨੂੰ ਟੱਚ ਕਰਦੇ ਹੋ ਤਾਂ ਗੁੱਸਾ ਤਾਂ ਆਊਗਾ ਜੀ, ਪਰ ਇਹਦਾ ਹੱਲ ਲੋਕਾਂ ਨੂੰ ਸਰਕਾਰ ਵੱਲ ਨਹੀਂ ਦੇਖਣਾ ਚਾਹੀਦਾ ਮੇਰੇ ਖਿਆਲ 'ਚ, ਕਮਿਊਨਿਟੀ ਨੂੰ ਆਪ ਬੈਠ ਕੇ, ਚਾਹੇ ਉਹ ਸਰਬੱਤ ਖਾਲਸਾ ਸੱਦਣ, ਜੋ ਵੀ ਉਹਨਾਂ ਦਾ ਮਤਲਬ ਇੱਕ ਪ੍ਰਕਿਰਿਆ ਹੈਗੀ ਹੈ, ਉਹਦੇ 'ਚ ਸਾਰੇ ਸਿਆਣੇ ਬੰਦੇ ਬੈਠ ਕੇ ਇਹਦੇ ਬਾਰੇ ਫੈਸਲਾ ਕਰਨ, ਔਰ ਫੈਸਲਾ ਐਸਾ ਕਰਨ ਕਿ ਸਾਰੀ ਦੁਨੀਆ ਦੇਖੇ ਜੀ ਕਿ ਸਿੱਖਾਂ ਦਾ ਇੱਕ ਲੈਵਲ ਹੈ, ਜੇ ਉਹ ਕਿਸੇ ਨੂੰ ਸਜ਼ਾ ਵੀ ਦਿੰਦੇ ਨੇ ਤਾਂ ਵੀ ਉਹਦਾ ਇੱਕ ਤਰੀਕਾ ਜੀ ਜੀ। ਭੱਟੀ ਸਾਹਿਬ, ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਦਾ ਬਿਆਨ ਆਇਆ, ਉਹ ਕਹਿੰਦੇ ਕਿ ਬਾਦਲ ਹੁਣ ਬੜੇ ਤਤਪਰ ਨੇ, ਜਦ ਚੋਣਾਂ ਨੇੜੇ ਆ ਜਾਂਦੀਆਂ ਨੇ, ਕਹਿੰਦੇ ਪੰਜਾਬ ਯਾਦ ਆ ਜਾਂਦਾ, ਪੰਥ ਯਾਦ ਆ ਜਾਂਦਾ ਚੋਣਾਂ ਦੇ ਨੇੜੇ ਆ, ਕਿ ਪਹਿਲਾਂ ਉਹਨਾਂ ਨੇ ਵੀ ਪਹਿਲਾਂ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਸ਼੍ਰੀ ਅਨੰਦਪੁਰ ਸਾਹਿਬ ਦਾ, ਮਤਾ ਕਹਿੰਦੇ ਚੋਣਾਂ ਦੇ ਨੇੜੇ ਯਾਦ ਆ ਜਾਂਦਾ, ਕਿਸ ਤਰ੍ਹਾਂ ਦੇਖਦੇ? ਇੱਕ ਗੱਲ ਤਾਂ ਬਿਲਕੁਲ ਸੱਚੀ ਹੈ, ਪਰ ਇਹ ਵੀ ਇਕੱਲੇ ਉਹਨਾਂ ਨੂੰ ਕਿਉਂ, ਸਾਰੇ ਸਿਆਸਤਦਾਨਾਂ ਨੂੰ ਹੀ ਆਉਂਦਾ, ਲੋਕ ਯਾਦ ਆ ਜਾਂਦੇ ਨੇ, ਲੋਕਾਂ ਦਾ ਦੁੱਖ ਦਰਦ ਯਾਦ ਆ ਜਾਂਦਾ ਹੈ। ਅੱਛਾ, ਕਿਉਂਕਿ ਸਿਆਸਤ ਧੰਦਾ ਬਣ ਗਈ ਹੈ ਜੀ, ਅਤੇ ਜਿਹੜੀ ਚੀਜ਼ ਜਿੱਥੇ ਪ੍ਰੋਪਰਟੀ ਹੈ, ਜਿੱਥੇ ਸਾਧਨ ਨੇ, ਉਹਨਾਂ 'ਤੇ ਕਬਜ਼ੇ ਦੀ ਲੜਾਈ ਹੈ, ਇਹੀ ਸਿਆਸਤ ਹੈ ਜੀ। ਸੋ ਇਹ ਇੱਕ ਕਿਸਮ ਦੇ ਨਾਲ ਸਾਰੇ ਥੋੜ੍ਹੇ ਥੋੜ੍ਹੇ ਫਰਕ ਨਾਲ ਪ੍ਰੋਪਰਟੀ ਡੀਲਰ ਨੇ ਜੀ, ਕੋਈ ਧਰਮ ਦੇ ਨਾਂ ਹੇਠ ਪ੍ਰੋਪਰਟੀ ਡੀਲਿੰਗ ਕਰਦਾ, ਕੋਈ ਸਿਆਸਤ ਦੇ ਨਾਂ ਹੇਠ ਕਰਦਾ, ਕੋਈ ਕਹਿੰਦਾ ਜਿਵੇਂ ਹੁਣ ਆਮ ਬੰਦੇ ਸਾਡੇ ਚਲੋ ਹੈਗੇ ਨੇ ਵੀ ਆਮ ਬੰਦਿਆਂ ਦਾ ਦੁੱਖ ਦਰਦ ਅਸੀਂ ਕਰ ਰਹੇ ਹਾਂ, ਉਹ ਵੀ ਕਿਸਮ ਦੀ ਸਿਆਸਤ ਹੈ। ਪਰ ਗੱਲ ਸੱਚੀ ਹੈ,
ਗੱਲ ਬਿਲਕੁਲ ਸੱਚੀ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਹੀ ਆ ਕੇ ਕਿਉਂ ਇਹ ਬੰਦੇ ਬਹੁਤ ਜ਼ਿਆਦਾ ਬੀਬੇ ਬੜੇ ਹਮਦਰਦ ਬੜੇ ਮਸਕੀਨ ਜਿਹੇ ਬਣ ਜਾਂਦੇ ਨੇ ਅਤੇ ਮੁੜ ਕੇ ਸੜਕਾਂ ਦੇ ਉੱਪਰ ਐਡੇ ਐਡੇ ਕਾਫਲੇ ਆਪਾਂ ਜਾਂਦੇ ਦੇਖੇ ਨੇ ਵੀ ਕੋਈ ਮਤਲਬ ਪੁੱਛਣ ਵਾਲਾ ਨਹੀਂ, ਟਾਈਮ ਮੰਗੋ ਟਾਈਮ ਮਿਲਦਾ ਨਹੀਂ ਜੀ। ਸੋ ਇਹ ਚੀਜ਼ਾਂ ਦੀ ਜਿਹੜੀ ਦੁਖਦਾਈ ਆਸਪੈਕਟ ਉਹ ਇਹ ਹੈ ਕਿ ਆਮ ਨਾਗਰਿਕ ਹੈ ਜਿਹੜਾ ਉਹ ਬਿਲਕੁਲ ਬਹੁਤ ਛੋਟਾ ਕਰ ਦਿੱਤਾ ਗਿਆ ਜੀ। ਮਤਲਬ ਛੋਟੀ ਛੋਟੀਆਂ ਗੱਲਾਂ ਦੇ ਉੱਪਰ ਤਰਸ ਰਿਹਾ ਤੜਫ ਰਿਹਾ ਔਰ ਉਹਦੇ ਨਾਲ ਗਿਰਾਵਟ ਆਉਂਦੀ ਹੈ ਸਮਾਜ ਦੇ। ਜਿਹੋ ਜਿਹੇ ਨਾਗਰਿਕ ਹੋਣਗੇ ਉਹੋ ਜਿਹੇ ਉਹਨਾਂ ਦੇ ਲੀਡਰ ਹੋਣਗੇ ਉਹੋ ਜਿਹਾ ਸਮਾਜ ਹੋਊਗਾ ਜੀ। ਸੋ ਇਹ ਮੇਰਾ ਖਿਆਲ ਇਹ ਹੈ ਵੀ ਹੈ ਤਾਂ ਦੁੱਖ ਦੀ ਗੱਲ ਪਰ ਇਹ ਵੀ ਇਹਦੇ 'ਚ ਇੱਦਾਂ ਹੀ ਜਿਵੇਂ ਆਪਾਂ ਬੈਠੇ ਗੱਲਾਂ ਕਰ ਰਹੇ ਹਾਂ ਇੱਦਾਂ ਹੀ ਚੇਤਨਾ ਫੈਲਦੀ ਹੈ ਸਾਰਿਆਂ ਨੂੰ, ਹਰ ਇੱਕ ਨੂੰ ਹੀ ਚੇਤਨ ਹੋਣਾ ਪੈਣਾ ਜੀ। ਮਤਲਬ ਇਹਦੇ ਵਿੱਚ ਕੋਈ ਇਹ ਨਹੀਂ ਹੋ ਸਕਦਾ ਵੀ ਫਲਾਣਾ ਗਲਤ ਹੈ ਤਾਂ ਮੈਂ ਠੀਕ ਹਾਂ ਜੀ। ਪਹਿਲਾਂ ਤਾਂ ਆਪਣੇ ਆਪ ਨੂੰ ਅਸੀਂ ਠੀਕ ਕਰੀਏ ਫਿਰ ਅਸੀਂ ਆਪਣੇ ਆਲੇ ਦੁਆਲੇ ਨੂੰ ਜਿੰਨਾ ਕਰ ਸਕਦੇ ਹਾਂ। ਹੌਲੀ ਹੌਲੀ ਫਿਰ ਇਵੇਂ ਹੀ ਹੁੰਦਾ ਜਦੋਂ ਹਨੇਰ ਦੂਰ ਹੁੰਦਾ ਨਾ ਹਨੇਰ ਨਾਲ ਲੜਿਆ ਨਹੀਂ ਜਾ ਸਕਦਾ ਹੁੰਦਾ ਕਿਸੇ ਨੇ ਜੀ। ਤੁਸੀਂ ਲਾਈਟ ਮਚਾਓਗੇ ਤਾਂ ਹਨੇਰ ਤਾਂ ਆਪੇ ਹੀ ਖਤਮ ਹੋ ਜਾਊਗਾ ਜੀ। ਜਿੰਨੀ ਦੇਰ ਅਸੀਂ ਸੁੱਤੇ ਪਏ ਹਾਂ ਉਨੀ ਦੇਰ ਇਹ ਸਾਡੇ ਰੌਲਾ ਰੱਪਾ ਪੈ ਰਿਹਾ। ਜਦੋਂ ਲੋਕ ਹੀ ਜਾਗ ਪਏ ਫਿਰ ਕੋਈ ਮਸਲਾ ਹੀ ਕੋਈ ਨਹੀਂ, ਉਹ ਪੁੱਛ ਲੈਣਗੇ ਵੀ ਭਾਈ ਸਾਡੇ ਬਿਹਾਫ 'ਤੇ ਤੁਸੀਂ ਇਹ ਕਿਹੜੀਆਂ ਗੱਲਾਂ ਕਰਦੇ ਫਿਰਦੇ ਹੋ, ਅਸੀਂ ਆਪ ਹੀ ਕਰ ਲਾਂਗੇ ਜੀ। ਸਾਡੇ ਹੱਕਾਂ ਦੀ ਗੱਲ ਸਾਨੂੰ ਆਉਂਦੀ ਹੈ ਕਰਨੀ, ਲੋਕਾਂ ਨੂੰ ਇੱਦਾਂ ਦੇ ਬਣਨਾ ਪਊਗਾ ਜੀ। ਪੱਟੀ ਸਾਹਿਬ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਸਾਡੇ ਨਾਲ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਜੀ, ਜਿਨ੍ਹਾਂ ਨੇ ਬੇਅਦਬੀ ਮੁੱਦਾ ਹੋਵੇ ਉੱਤੇ ਪੰਜਾਬ ਦੀ ਸਿਆਸਤ 'ਤੇ ਆਪਣੇ ਵਿਚਾਰ ਰੱਖੇ ਨੇ। ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਲੀ ਵਾਰ ਕਿਸੇ ਹੋਰ ਮੁੱਦੇ 'ਤੇ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ, ਰੱਬ ਰਾਖਾ।